ਕਹਿਣਾ ਚਾਹੁੰਦਾ ਸਾਡੀ ਜਾ ਕੇ ਫਸਲ ਵੇਖੀ ਜਾਵੇ ਸੁੱਕਣ ਦਈ ਆ ਥਾੜ ਏਰੀਏ 'ਚ ਜਦੋਂ ਬੱਤੀ ਆਉਂਦੀ ਹੈ 2 ਘੰਟੇ ਲਾਈਟ ਚੱਲਦੀ ਆ ਉਦੋਂ ਪਾਵਰ ਕੱਟ ਲਾ ਦਿੰਦੇ ਆ ਅਸੀਂ ਬੜੇ ਦੁਖੀ ਹੋਏ ਪਏ ਇਸ ਕਰਕੇ ਅਸੀਂ ਧਰਨਾ ਲਾਇਆ ਪਹਿਲਾਂ ਫਤਿਹਗੜ੍ਹ ਸਭਰਾ ਧਰਨਾ ਲਾਇਆ ਹੁਣ ਅਸੀਂ ਇੱਥੇ ਆ ਕੇ ਰੋਡ ਦੇ ਉੱਤੇ ਧਰਨਾ ਲਾ ਕੇ ਬੈਠੇ ਹਾਂ ਸਾਡੀ ਕਿਸੇ ਦੇ ਅਫਸਰ ਨੇ ਆ ਕੇ ਅੱਜ ਤੱਕ ਗੱਲ ਨਹੀਂ ਸੁਣੀ ਇਹ ਜੀ ਸਾਡੀ ਮਜਬੂਰੀ ਹੈ ਧਰਨਾ ਲਾਉਣਾ ਕਿਉਂਕਿ ਸਾਡੀ ਪੁੱਤਾਂ ਵਰਗੀ ਫਸਲ ਫਾਲੀ ਜਿਹੜੀ ਸਾਡੇ ਸਾਹਮਣੇ ਸੁੱਕੀ ਜਾ ਰਹੀ ਹੈ ਪਿਛਲੇ 15 ਦਿਨਾਂ ਤੋਂ ਅਸੀਂ ਜ਼ਬਾਨੀ ਕਲਾਮੀ ਇਹਨਾਂ ਨੂੰ ਮਹਿਕਮੇ ਨਾਲ ਅਸੀਂ ਗੱਲ ਕਰ ਰਹੇ ਸਾਂ ਐਕਸਿਨ ਸਾਹਿਬ ਨਾਲ SDO ਸਾਹਿਬ ਨਾਲ JE ਸਾਹਿਬ ਨਾਲ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਤੋਂ 3 ਦਿਨ ਪਹਿਲਾਂ ਅਸੀਂ ਇਹਨੂੰ ਰਿਟਰਨ ਦੇ ਵਿੱਚ ਲਿਖ ਕੇ ਵੀ ਦਿੱਤਾ ਵੀ ਸਾਡੀ ਫਸਲ ਜਿਹੜੀ ਉਹ ਖਰਾਬ ਹੁੰਦੀ ਜਾ ਰਹੀ ਹੈ ਅਤੇ ਸਾਡੇ ਧਿਆਨ ਦਿੱਤਾ ਜਾਵੇ ਕਿ ਸਾਡੇ ਇੱਧਰ ਫਤਿਹਗੜ੍ਹ ਸਭਰਾ ਗੱਟਾ ਬਾਦਸ਼ਾਹ ਰੋਡੇ ਵਾਲਾ ਜੱਲੇ ਵਾਲਾ ਤਕਰੀਬਨ ਦਰਿਆ ਬੈਡ ਦੇ 20 ਪਿੰਡਾਂ ਦੀ ਦਰਿਆ ਦੇ ਏਰੀਆ 'ਚ ਪੈਲੀ ਪੈਂਦੀ ਆ ਬਾਕੀ ਇਹ ਮਸਲਾ ਪੂਰੇ ਪੰਜਾਬ ਦਾ ਹੀ ਹੈ ਕਿਉਂਕਿ ਇਹ ਕੱਟ ਜਿਹੜੇ ਪੂਰੇ ਪੰਜਾਬ ਦੇ ਵਿੱਚ ਹੀ ਲੱਗਣ ਡਿਆ ਅਤੇ ਸਾਨੂੰ ਜਿਹੜੀਆਂ ਮਜਬੂਰੀਆਂ ਵਾ ਇਹ ਲੈ ਕੇ ਧਰਨੇ ਵਾਸਤੇ ਇੱਥੇ ਆਏ ਹਾਂ ਅਤੇ ਸਾਡੀ ਮਜਬੂਰੀ ਆ ਸਰਕਾਰ ਸਮਝੇ ਨਹੀਂ ਤਾਂ ਇਹਨਾਂ ਨੂੰ ਕਿਉਂਕਿ ਜਿਹੜਾ ਅੰਦੋਲਨ ਆ ਇਹ ਅਸੀਂ ਪਿਛਲੇ 8 ਮਹੀਨਿਆਂ ਤੋਂ ਅੰਦੋਲਨ ਦੇ ਵਿੱਚ ਹੀ ਹਾਂ ਇਹਨਾਂ ਸਰਕਾਰਾਂ ਨੂੰ ਹੁਣ ਤੱਕ ਸਮਝ ਲੈਣੀ ਚਾਹੀਦੀ ਸੀ ਇਹ ਗੱਲ ਵੀ ਇਹ ਕਿਸਾਨ ਜਿਹੜੇ ਅੱਗੇ ਵਾਲੇ ਬੇਗੂਫ ਕਿਸਾਨ ਨਹੀਂ ਰਹੇ ਇਹਨਾਂ ਨੂੰ ਸਮਝ ਆ ਚੁੱਕੀ ਹੈ ਪਰ ਇਹ ਫਿਰ ਵੀ ਨਹੀਂ ਸਮਝਣ ਡਏ ਉਹ ਸਮਝ ਲਾਉਣ ਵਾਸਤੇ ਸਾਨੂੰ ਇੱਥੇ ਮਜਬੂਰੀ ਦੇ ਵਿੱਚ ਸਾਨੂੰ ਇੱਥੇ ਆ ਕੇ ਸੜਕ 'ਤੇ ਬੈਠਣਾ ਪਿਆ ਕਿਉਂਕਿ ਅੱਗੇ ਡੀਜ਼ਲ ਥੋੜ੍ਹਾ ਘੱਟ ਰੇਟ ਸੀਗਾ ਅਸੀਂ ਕੁਛ ਆਪਦਾ ਡੀਜ਼ਲ ਬਾਲ ਕੇ ਜਾਂ ਹੋਰ ਕੋਈ ਤਰੀਕਾ ਕਰਕੇ ਫਸਲਾਂ ਪਾਲ ਲੈਂਦੇ ਹਾਂ ਹੁਣ ਡੀਜ਼ਲ ਜਿਹੜਾ ਉਹ ਵੀ ਸਰਕਾਰ ਨੇ ਸਾਡੀ ਪਹੁੰਚ ਤੋਂ ਦੂਰ ਕਰਤਾ ਹੁਣ ਅਸੀਂ ਡੀਜ਼ਲ ਜੇ ਬਾਲਦੇ ਹਾਂ ਤਾਂ ਸਾਡੀ ਸਾਰੀ ਫਸਲ ਉੱਥੇ ਹੀ ਲੱਗ ਜਾਂਦੀ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਉੱਥਰਾਂ ਨੂੰ ਵੀ ਇੱਕ ਬੰਨੇ ਤਾਂ ਸਾਨੂੰ ਮੋਦੀ ਦਿੱਲੀ ਸਰਕਾਰ ਮਾਰੀ ਜਾਂਦੀ ਆ ਅਤੇ ਜਿਹੜੀ ਪੰਜਾਬ ਸਰਕਾਰ ਪੰਜਾਬ ਦਾ ਹਿਤੈਸ਼ੀ ਮੰਨਦੀ ਆ ਉਹ ਕੰਮ ਸੋ ਕੰਮ ਸਾਡਾ ਖਿਆਲ ਰੱਖੇ ਇਹਨਾਂ ਜਿਹੜੇ ਗੂੰਗੇ ਬਹਿਰੇ ਉਸਰ ਇਹਨਾਂ ਦੇ ਕੰਨਾਂ ਤੱਕ ਉਹ ਗੱਲ ਪਹੁੰਚਾਵੇ ਅਤੇ ਸਾਡਾ ਜਿਹੜਾ ਅੰਦੋਲਨ ਆ ਉਹ ਸਾਨੂੰ ਅੰਦੋਲਨ ਕਰਨ ਦਾ ਕੋਈ ਸ਼ੌਂਕ ਨਹੀਂਗਾ ਇਹ ਸਾਡੀਆਂ ਮਜਬੂਰੀਆਂ ਵਾ ਜੀ ਤੁਹਾਡਾ ਮੰਗ ਪੱਤਰ ਮਿਲਿਆ ਔਰ ਉਹਨੂੰ SC ਸਾਹਿਬ ਨੂੰ ਭੇਜ ਦਿੱਤਾ ਗਿਆ ਸੀ ਉਹਦੀ ਲੈਕ 'ਚ ਔਰ ਮੇਰੀ ਅੱਜ SC ਸਾਹਿਬ ਨਾਲ ਖੁੱਲ੍ਹ ਕੇ ਗੱਲ ਵੀ ਹੋਈ ਆ ਉਹਨਾਂ ਨੇ ਪਟਿਆਲੇ ਗੱਲ ਕੀਤੀ ਆ ਤੁਹਾਡਾ ਮਸਲਾ ਸ਼ਾਮ ਤੱਕ ਉਮੀਦ ਆ ਵੀ ਹੱਲ ਹੋ ਜਾਵੇ